ਤੇ ਹਾਂ ਜੀ ਮੁੰਡੇ ਹੋਰ ਕੀ ਹਾਲ ਚਾਲ ਆ ਹੋਪਫੁਲੀ ਬਾਈ ਸਾਰੇ ਹੀ ਘੈਂਟ ਹੋ ਗਏ ਅਤੇ ਸਵਾਗਤ ਕਰਦਾ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਜਿਵੇਂ ਬਾਈ ਤੁਸੀਂ ਦੇਖ ਸਕਦੇ ਕਾਲੀ ਜੱਟ ਨੇ ਅੱਜ ਬਾਈ ਕਟਿੰਗ ਕੁਟਿੰਗ ਕਰਾ ਕੇ ਕੱਟ ਕੁੱਟ ਪੁਆਏ ਹੋਏ, ਆਹ ਬੀਬਾਂ ਨੇ ਆਪਣੀ ਕਟਿੰਗ ਕੀਤੀ ਆ। ਸੋ ਅੱਜ ਜਾਣਾ ਬਾਈ ਆਪਾਂ ਗੋਕੁਲ ਧਾਮ ਸੁਸਾਇਟੀ। ਲੋਕ ਬਾਈ ਦੇਖਦੇ ਹੀ ਹੋਣੇ ਤਾਰਕ ਮਹਿਤਾ ਦਾ ਉਲਟਾ ਚਸ਼ਮਾ, ਉਹਦੇ ਵਿੱਚ ਗੋਕੁਲ ਧਾਮ ਸੁਸਾਇਟੀ ਹੁੰਦੀ ਸੀ। ਸੋ ਮੈਂ ਦੱਸਦਾ ਆਪਾਂ ਉੱਥੇ ਕਿਉਂ ਜਾਣਾ, ਪਹਿਲਾਂ ਆਪਾਂ ਆਪਣੀ ਫੋਰਚੂਨਰ 'ਚ ਬਹਿ ਜਾਈਏ, ਮੋਡੀਫਾਈ ਕਰਾਈ, ਨਵੇਂ ਲੋਹੇ ਪੁਆਏ। ਚੈੱਕ ਕਰੋ ਬਾਬਿਓ ਗੱਡੀ ਕਿੱਦਾਂ ਲੱਗ ਰਹੀ ਯਾਰ, ਲੱਗ ਰਹੀ ਨਾ ਕੈਮ ਕਾਲੀ ਜੱਟ ਦੀ ਨੰਬਰ ਪਲੇਟ ਉੱਤੋਂ। ਸੋ ਫੋਰਚੂਨਰ ਤਾਂ ਬਾਬਾ ਵੀ ਸਿਰਾ ਲੱਗ ਰਹੀ ਯਾਰ। ਅਲੋਏ ਮੈਨੂੰ ਬਹੁਤ ਸੋਹਣੇ ਲੱਗੇ, ਕਮੈਂਟ ਕਰਕੇ ਦੱਸਿਓ ਯਾਰ ਕਿੱਦਾਂ ਦੇ ਲੱਗੇ ਅਲੋਏ। ਬਾਕੀ ਇਹਦੇ ਟਾਇਰ ਵੀ ਆਪਾਂ ਬਾਹਰ ਨੂੰ ਕਢਾਏ ਆ। ਅਤੇ ਹੁਣ ਆਪਾਂ ਚੱਲਦੇ ਹਾਂ ਬਾਈ ਆਪਣੀ ਮੰਜ਼ਿਲ ਵੱਲ। ਪਹਿਲਾਂ ਤਾਂ ਮਾਰਕ ਲਾ ਲਈਏ ਲੋਕੇਸ਼ਨ 'ਤੇ। ਰੁਕੋ ਦੋ ਮਿੰਟ, ਜਾਣਾ ਕਿੱਥੇ ਆਪਾਂ? ਆ ਇੱਥੇ, ਇੱਥੇ ਕਿਤੇ ਆ ਯਾਰ, ਇੱਥੇ ਬਾਬੇ ਉਹ ਕਿਤੇ ਹੈਗੀ ਗੋਕੁਲ ਧਾਮ ਸੁਸਾਇਟੀ। ਸੋ ਤਾਰਕ ਮੈਂ ਤਾਂ ਬਾਈ ਸਾਰੇ ਦੇਖਦੇ ਹੀ ਹੋਣੇ ਆ, ਕਿਹੜੇ ਕਿਹੜੇ ਦੇਖਦੇ ਯਾਰ ਦੱਸਿਓ ਮੈਨੂੰ ਕਮੈਂਟ ਕਰਕੇ। ਅਤੇ ਉੱਥੋਂ ਬਾਈ ਤੁਹਾਨੂੰ ਪਤਾ ਹੀ ਹੈ ਕਿ ਯਾਰ ਸੋਢੀ ਕੋਲ ਜੀਪ ਹੁੰਦੀ ਸੀ, ਉਹ ਵਾਲੀ ਜੀਪ ਆਪਾਂ ਚੋਰੀ ਕਰਨ ਜਾਣੀ ਅੱਜ। ਕਿਉਂਕਿ ਯਾਰ ਪਿਛਲੀ ਵੀਡੀਓ 'ਚ ਮੈਂ ਤੁਹਾਨੂੰ ਦੱਸਿਆ ਸੀ ਕਿ ਕਾਲੀ ਜੱਟ ਆਪਣਾ ਲੱਗ ਗਿਆ ਬਾਈ ਗੱਡੀਆਂ ਵਾਲੇ ਕੰਮ 'ਤੇ, ਗੱਡੀਆਂ ਲਿਆਉਣੀਆਂ ਜਿਆਣੀਆਂ ਜਿੱਦਾਂ ਵੀ ਆ। ਸੋ ਆਪਾਂ ਪਹੁੰਚ ਚੁੱਕੇ ਹਾਂ ਬਾਈ ਆਪਣੀ ਜਗ੍ਹਾ 'ਤੇ। ਅਤੇ ਇੱਕ ਗੈਂਗਸਟਰ ਨੇ ਬਾਈ ਆਪਾਂ ਨੂੰ ਕੰਮ ਦਿੱਤਾ, ਉਹਨੇ ਕੋਸ਼ਿਸ਼ ਕਰ ਲਈ ਸੀ, ਉਹ ਕੋਈ ਗੱਡੀ ਨਹੀਂ ਨਿਕਲੀ, ਲੇਕਿਨ ਹੁਣ ਆਪਾਂ ਕੱਢਾਂਗੇ। ਆਹ ਆਪਣੇ ਦੋਸਤ ਦਾ ਘਰ ਆ, ਇੱਥੇ ਆਪਾਂ ਆਪਣੀ ਫੋਰਚੂਨਰ ਖੜੀ ਕਰ ਜਾਣੀ ਤਾਂ ਕਿ ਬਾਈ ਆਪਣੀ ਫੋਰਚੂਨਰ ਨੂੰ ਨਾ ਕੁਛ ਹੋਵੇ, ਬਾਕੀ ਜੋ ਮਰਜ਼ੀ ਹੋ ਜਾਵੇ ਲੇਕਿਨ ਆਪਣੀ ਫੋਰਚੂਨਰ ਨੂੰ ਕੁਛ ਨਾ ਹੋਵੇ। ਇਸ ਕਰਕੇ ਇਹਨੂੰ ਆਪਾਂ ਇੱਥੇ ਛਾਵੇਂ ਖੜਾ ਕਰ ਜਾਣਾ। ਆ ਇੱਥੇ ਮੈਂ ਚਾਬੀ ਲੈ ਲਈ ਸੀ ਇੱਕ ਪਹਿਲਾਂ ਘਰ ਦੀ, ਕਿਉਂਕਿ ਮੈਨੂੰ ਪਤਾ ਸੀ ਲੋੜ ਪੈਣੀ ਹੈ ਇਹਦੇ। ਇਹ ਬਾਈ ਨਾਲ ਹੀ ਕਲੋਨੀ 'ਚ ਹੈਗੀ ਗੋਕੁਲ ਧਾਮ ਸੁਸਾਇਟੀ। ਸੋ ਉੱਥੇ ਚੱਲਾਂਗੇ, ਅੱਜ ਦੇਖਦੇ ਹਾਂ ਬਾਈ ਕੀ ਬਣਦਾ ਯਾਰ, ਸਿਕਿਉਰਿਟੀ ਕਿੱਦਾਂ ਦੀ ਆ। ਵੈਸੇ ਬਾਈ ਮੈਂ ਚਾਹੁੰਦਾ ਨਹੀਂ ਯਾਰ ਜ਼ਿਆਦਾ ਰੌਲਾ ਪਵੇ, ਕਿਉਂਕਿ ਸਾਇਲੈਂਟ ਹੀ ਬੰਦੇ ਮਾਰਨੇ ਯਾਰ, ਦੇਖੀ ਜਾਓ ਐਤਕੀ। ਚੱਲ ਵੀ ਕਾਲੀ ਹੋ ਜਾ ਤਿਆਰ, ਜਿਸ ਹਿਸਾਬ ਨਾਲ ਤੂੰ ਮੁੱਦੇ ਮੂੰਹ ਡਿੱਗਣ ਦਿਆ ਹੋਣਾ, ਇੱਕ ਬੰਦਾ ਨਹੀਂ ਮਰਨਾ ਤੇਰੇ ਤੋਂ। ਚਲੋ ਕੋਈ ਨਾ ਬਾਬੇ, ਡਿੱਗ ਜਾਂਦਾ ਹੋ ਜਾਂਦਾ ਕਈ ਵਾਰੀ। ਸੋ ਕਾਲੀ ਜੱਟ ਯਾਰ ਮੈਂ ਸੋਚ ਰਿਹਾ ਉਹ ਲਾਲ ਵਾਲੇ ਘਰ 'ਤੇ ਚਲੀ, ਕਿਉਂਕਿ ਇੱਥੋਂ ਕੁਛ ਦੇਖ ਨਹੀਂ ਰਿਹਾ ਬਾਬੇ। ਆਹ ਜਿਹੜਾ ਚਿੱਟਾ ਆ ਨਾ, ਇਹਦੇ ਉੱਤੇ ਆ ਗੋਕੁਲ ਧਾਮ ਸੁਸਾਇਟੀ। ਸੋ ਆਹ ਵਾਲੀ ਚੀਜ਼ ਠੀਕ ਆ, ਮੈਂ ਸੋਚਦਾ ਲਾਲ ਵਾਲੇ ਘਰ 'ਤੇ ਚਲੀਏ ਯਾਰ, ਕਿਉਂਕਿ ਲਾਲ ਵਾਲੇ ਘਰ ਤੋਂ ਆਪਾਂ ਨੂੰ ਸਭ ਕੁਛ ਪਤਾ ਲੱਗੂਗਾ। ਲਾਲ ਵਾਲਾ ਘਰ ਨਾ ਉੱਚਾ ਥੋੜ੍ਹਾ, ਇਹ ਨੀਵਾਂ ਵਾ, ਇੱਥੋਂ ਕੁਛ ਪਤਾ ਲੱਗ ਹੀ ਨਹੀਂ ਰਿਹਾ। ਸੋ ਆਪਾਂ ਇੱਥੋਂ ਆਪਣੀ ਫੋਰਚੂਨਰ ਕੱਢ ਕੇ ਨਾ ਲਾਲ ਵਾਲੇ ਘਰ ਲਾਉਂਦੇ ਹਾਂ, ਦੇਖਦੇ ਹਾਂ ਯਾਰ। ਉਹ ਘਰ ਤਾਂ ਮੈਨੂੰ ਜਾਣਦੇ ਨਹੀਂ, ਇਹ ਘਰ ਜਾਣਦਾ ਸੀ, ਇੱਥੇ ਆਪਣਾ ਯਾਰ ਵੇਲੀ ਰਹਿੰਦਾ। ਉਹ ਘਰ ਦੇਖੀ ਜਾਊਗੀ ਯਾਰ, ਖੁੱਲ੍ਹਾ ਹੋਊਗਾ ਤਾਂ ਗੱਡੀ ਲਾ ਜਾਵਾਂਗੇ, ਨਹੀਂ ਤਾਂ ਦੇਖਦੇ ਹਾਂ ਕੀ ਕਰਨਾ। ਪਹਿਲਾਂ ਉੱਥੇ ਪਹੁੰਚੀਏ ਤਾਂ ਸਹੀ। ਤੁਲੋ ਬਾਬੇ ਪਹੁੰਚ ਚੁੱਕੇ ਹਾਂ ਆਪਾਂ ਰੋਡ 'ਤੇ ਫਿਰ ਤੋਂ, ਇੱਥੇ ਦਿਖਾਉਣਾ ਤੁਹਾਨੂੰ ਗੋਕੁਲ ਧਾਮ ਦਿਖਦਾ, ਅਤੇ ਨਹੀਂ ਤਾਂ ਸਿੱਧਾ ਅਟੈਕ ਹੀ ਕਰਨਾ। ਉਹ ਦੇਖੋ ਬਾਬੇ, ਦੇਖਿਆ ਥੋੜ੍ਹਾ ਜਿਹਾ, ਉਹ ਦੇਖੋ ਹੈ ਕਿ ਨਹੀਂ, ਡਿੱਟੋ ਬਾਈ ਉਹਦੇ ਵਰਗੀ ਚੀਜ਼ ਬਣਾਈ ਇਹਨਾਂ ਨੇ, ਉਹ ਤੁਹਾਡੀ ਨੂੰ ਬਸ ਉਹਦੇ ਵਿੱਚ ਨਾ ਬਬੀਤਾ ਰਹਿੰਦੀ ਅਤੇ ਨਾ ਜੇਡਾ ਲਾ ਦਿੰਦਾ ਬਾਬੇ। ਚਲੋ ਦੇਖਦੇ ਹਾਂ ਯਾਰ ਕੀ ਬਣਦਾ। ਮੈਂ ਕਹਿੰਦਾ ਜੀਪ ਤਾਂ ਆਪਾਂ ਚੱਕ ਹੀ ਲੈਣੀ ਹੋਊਗੀ, ਇਹ ਆਪਣਾ ਬਾਈ ਕੰਮ ਆ, ਇੱਕ ਵੀ ਕੰਮ ਨਾ ਕੀਤਾ ਆਪਾਂ ਨੌਕਰੀ ਤੋਂ ਕੱਢੇ ਜਾ, ਨੌਕਰੀ ਤਾਂ ਨਹੀਂ ਵੈਸੇ ਹੈਗੀ, ਪਾਰਟਨਰਸ਼ਿਪ ਆ, ਪਰ ਯਾਰ ਪੈਸੇ ਕਮਾਉਣੇ ਜ਼ਰੂਰੀ ਹੈ, ਕਿਉਂਕਿ ਗੱਡੀ ਆਪਾਂ ਨਿੱਤ ਨਵੀਂ ਗੱਡੀ ਲਈ ਦੀ, ਨਿੱਤ ਨਵੇਂ ਟਰੈਕਟਰ ਲਈ ਦੇ। ਸੋ ਉਹਦੇ ਵਾਸਤੇ ਪੈਸਾ ਕਮਾਉਣਾ ਬਾਈ ਬਹੁਤ ਜ਼ਰੂਰੀ ਆ, ਇਸ ਕਰਕੇ ਕਰਨਾ ਪੈਂਦਾ ਯਾਰ। ਸੋ ਆਹ ਦੇਖੀਏ ਪਹਿਲਾਂ ਇਹਦਾ ਬੂਹਾ ਖੁੱਲ੍ਹਾ ਕਿ ਨਹੀਂ। ਨਹੀਂ ਬਾਬੇ ਲੋਕ ਆ ਯਾਰ ਬੂਹਾ, ਦੇਖ ਸਕਦੇ ਤੁਸੀਂ ਪੂਰਾ ਲੋਕ ਆ ਮੈਂ। ਸੋ ਆਪਾਂ ਨੂੰ ਗੱਡੀ ਕਿਤੇ ਬਾਹਰ ਹੀ ਲਾਉਣੀ ਪੈਣੀ ਯਾਰ, ਇਹ ਤਾਂ ਧੱਕਾ ਹੋ ਗਿਆ। ਮੈਂ ਸੋਚਿਆ ਸੀ ਗੱਡੀ ਆਪਣੀ ਸੇਫ ਰਹੂਗੀ, ਸੋ ਆਪਾਂ ਨੂੰ ਹੁਣ ਰੋਡ 'ਤੇ ਸਾਈਡ 'ਤੇ ਲਾ ਨਹੀਂ ਸਕਦੇ ਕਿਉਂਕਿ ਗੱਡੀਆਂ ਠੋਕ ਜਾਂਦੀਆਂ ਵਾ। ਦੇਖਦੇ ਹਾਂ ਲੱਭਦੇ ਹਾਂ ਕੋਈ ਜਗ੍ਹਾ। ਰੁਕੋ 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 ਰੁਕੋ, ਇੱਥੇ ਨਿਕਲ ਜਾਣੀ ਆਪਣੀ ਗੱਡੀ ਉੱਚੀ ਆ, ਇਹ ਕੱਢਦੇ ਕੱਢਦੇ ਇੱਥੇ ਕ ਲਾ ਜਾਂਦੇ, ਇੱਥੇ ਕੋਈ ਚੱਕਰ ਦੀ ਗੱਲ ਨਹੀਂ, ਕਿਉਂਕਿ ਬਾਈ ਪਹਿਲੀ ਗੱਲ ਤਾਂ ਗੱਡੀ ਦਾ ਲੋਕ ਲਾ ਜਾਣਾ, ਗੱਡੀ ਤਾਂ ਚੋਰੀ ਹੋਣੀ ਨਹੀਂ, ਦੂਜੀ ਕਿਸੇ ਨੇ ਟੱਕਰ ਵੀ ਨਹੀਂ ਮਾਰਨੀ, ਇੱਥੇ ਸਾਈਡ 'ਤੇ ਆ। ਬਾਕੀ ਕੋਈ ਅੰਨੀ ਕੁੜੀ ਨਾ ਆਵੇ, ਤੁਹਾਨੂੰ ਪਤਾ ਡਿਵਾਈਡਰ 'ਤੇ ਮਿੰਟੋ ਮਿੰਟ ਚੜ੍ਹ ਜਾਂਦੀਆਂ ਉਹ। ਲੋ ਬਾਬੇ ਪਹੁੰਚ ਗਏ ਆਪਾਂ ਘਰ, ਇਹ ਥੋੜ੍ਹਾ ਘਰ ਉੱਚਾ ਸੀ ਯਾਰ, ਇੱਥੋਂ ਤੁਹਾਨੂੰ ਪੂਰੀ ਸੁਸਾਇਟੀ ਦਿਖਾਊਂਗਾ ਮੈਂ, ਕਿੱਦਾਂ ਕਿਤੇ ਬੰਦੇ ਨਾਲੇ ਆਪਾਂ ਨੂੰ ਪਤਾ ਲੱਗ ਜੂਗਾ ਕਿੱਦਾਂ ਦੀ ਟੀਮ ਇਹਨਾਂ ਨੇ ਖੜੀ ਕੀਤੀ ਆ, ਉੱਪਰ ਕਿੰਨੇ ਕੁ ਬੰਦੇ ਖੜ੍ਹੇ ਆ, ਫਿਰ ਉਸ ਹਿਸਾਬ ਨਾਲ ਜਾਵਾਂਗੇ ਆਪਾਂ। ਮੈਨੂੰ ਤਾਂ ਲੱਗਿਆ ਸੀ ਕਾਲੀ ਗਿਆ, ਐਤਕੀ ਨਹੀਂ ਕਾਲੀ ਬਚਦਾ, ਕਿਉਂਕਿ ਬਾਈ ਕਿੰਨੀ ਗਹਿਰਾਈ ਸੀ, ਮਸੇ ਬਚੇ ਯਾਰ ਆਪਾਂ। ਸੋ ਅੱਗੇ ਚੱਲਦੇ ਹਾਂ, ਦੇਖਦੇ ਹਾਂ ਕੀ ਬਣਦਾ। ਇਹ ਨਿਕਲ ਗਿਆ। ਸੋ ਉਹ ਦੇਖੋ ਬਾਈ ਆ ਗਈ ਸਾਹਮਣੇ ਸੁਸਾਇਟੀ ਗੋਕੁਲ ਧਾਮ, ਉਹ ਦੇਖੋ ਬਾਬਿਓ ਦੇਖ ਰਹੀ ਤਾਂ ਉਹਨੂੰ। ਰੁਕੋ ਅੱਗੇ ਜਾ ਕੇ ਦਿਖਾਉਂਦੇ ਆਪਾਂ, ਸਨਾਈਪਰ ਕੱਢਦੇ ਹਾਂ ਨਾਲੇ,
ਮੈਂ ਗੰਨਾ ਗੁੰਨਾ ਐਤਕੀ ਲੈ ਕੇ ਆਇਆ ਯਾਰ। ਗੰਨਾ ਆਪਾਂ ਪਹਿਲੇ ਫੁੱਲ ਕਰਾ ਕੇ ਰੱਖੀ ਆ, ਮੈਨੂੰ ਪਤਾ ਹੁਣ ਆਹ ਵਾਲਾ ਕੰਮ ਸ਼ੁਰੂ ਕਰ ਲਿਆ ਨਾ, ਗੰਨਾ ਦਾ ਕੰਮ ਬਹੁਤ ਪੈਣਾ। ਸੋ ਆਹ ਦੇਖੋ ਬਾਬੇ, ਆਹ ਖੜਾ ਇੱਕ ਬੰਦਾ ਅਤੇ ਇੱਧਰ ਉਹ ਤੁਹਾਡੀ ਨੂੰ ਗੱਡੀਆਂ ਚੈੱਕ ਕਰੋ, ਸਪੋਰਟਸ ਗੱਡੀਆਂ ਖੜੀਆਂ। ਇਹ ਵੀ ਬਾਈ ਇੱਕ ਨਾ ਵੱਡਾ ਗੈਂਗਸਟਰ ਹੀ ਆ ਜਿਹਨੇ ਆਹ ਤਿਆਰ ਕਰਾਇਆ ਸਾਰਾ। ਸੋ ਉਹ ਕੋ ਗੱਡੀਆਂ ਗੁੱਡੀਆਂ ਵਾਹਵਾ। ਇੱਕ ਉਹ ਖੜਾ ਬਬੀਤਾ ਦੇ ਘਰ ਕੋ, ਉਹ ਦੇਖੋ ਬਬੀਤਾ ਦੇ ਘਰ ਕੋ ਖੜਾ, ਅਤੇ ਇੱਕ ਆਹ ਖੜਾ ਜੁਲਕਾ। ਚਲੋ ਕੋਈ ਨਾ, ਹੁਣ ਆਪਾਂ ਸਨਾਈਪਰ ਕੱਢਦੇ ਹਾਂ ਆਪਣੀ ਸਪਰੈਸਰ ਵਾਲੀ। ਅੱਗੇ ਸਪਰੈਸਰ ਲੱਗੂਗਾ ਔਰ ਨਾ ਆਵਾਜ਼ ਨਹੀਂ ਆਉਣੀ ਬਾਈ ਬੰਦਾ ਮਾਰਿਆ ਤੇ। ਇਹਨੂੰ ਮਾਰਿਆ ਤਾਂ ਬਬੀਤਾ ਦੇ ਘਰ ਵਾਲੇ ਨੇ ਦੇਖ ਲੈਣਾ, ਮਤਲਬ ਘਰ ਵਾਲੇ ਅਯਰ ਨੇ ਨਹੀਂ, ਉੱਦਾਂ ਦੇਖ ਲੈਣਾ ਯਾਰ ਜਿਹੜਾ ਵੀ ਉੱਥੇ ਖੜਾ ਬੰਦਾ ਉਹਨੇ ਦੇਖ ਲੈਣਾ। ਸੋ ਆਪਾਂ ਇਹਨੂੰ ਠੋਕਦੇ ਹਾਂ ਪਹਿਲਾਂ, ਪਹਿਲਾਂ ਸ਼ਿਕਾਰ ਆਪਣਾ ਬਣਾਉਣ ਵਾਲਾ ਬੰਦਾ। ਇਹ ਆ ਪੈਣ ਲੱਗਾ ਪੱਟ ਸੇ ਹੈੱਡ ਸ਼ੋਟ ਬਾਈ, ਕੋਈ ਸ਼ੱਕ ਨਹੀਂ ਪੈਣਾ ਕਿਉਂਕਿ ਯਾਰ ਬਾਜ਼ ਬੰਦੂਕ ਦੀ ਬਿਲਕੁਲ ਨਹੀਂ ਹੈਗੀ। ਸੋ ਕੋਈ ਚੱਕਰ ਵਾਲੀ ਗੱਲ ਨਹੀਂ, ਆਪਾਂ ਬੰਦੇ ਤਾਂ ਸਾਰੇ ਇੱਥੋਂ ਮਾਰ ਦਈਏ, ਇਹਨੂੰ ਮਾਰ ਦਈਏ। ਨਹੀਂ ਯਾਰ ਇਹਨੂੰ ਨਹੀਂ ਮਾਰਨਾ ਕਿਉਂਕਿ ਇਹਦੇ ਅੱਗੇ ਬੰਦਾ ਹੋ ਸਕਦਾ। ਸੋ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਯਾਰ। ਹੁਣ ਬਾਈ ਇੱਕ ਮੁਸੀਬਤ ਹੋਰ ਪੈ ਗਈ ਆਪਣੇ, ਹੁਣ ਸੋਚ ਸਕਦੇ ਆਪਾਂ ਕਿਹੜੀ। ਉਹ ਆਹ ਕਾਲੀ ਨੇ ਕੀਤਾ ਕਿਉਂਕਿ ਯਾਰ ਮੈਂ ਸੋਚਦਾ ਬਈ ਬੰਦਾ ਮਾਰ ਦਈਏ, ਦੀਵਾਰ ਦੇ ਪਿੱਛੇ ਲਾਸ਼ ਡਿੱਗਿਆ ਨਹੀਂ ਸੀ ਉਹਦੀ, ਹੋਰ ਕੋਈ ਬੰਦਾ ਮਾਰਨ ਵਾਲਾ ਹੈ ਨਹੀਂ ਯਾਰ, ਬਾਕੀ ਸਾਰਾ ਪਤਾ ਲੱਗ ਗਿਆ ਨਾ ਜਿਹੜਾ ਮਾਰਾਂਗੇ। ਅਤੇ ਹੁਣ ਆਪਾਂ ਉਹ ਤੱਕ ਪਹੁੰਚਣਾ ਕਿੱਦਾਂ ਯਾਰ, ਇਹ ਤਾਂ ਪੰਗਾ ਪੈ ਗਿਆ। ਉੱਥੇ ਤੱਕ ਪਹੁੰਚਣਾ ਕਿੱਦਾਂ, ਗੇਟ ਤਾਂ ਬੰਦ ਆ, ਜੇ ਮੈਂ ਗੇਟ ਥਾਣੀ ਜਾਂਦਾ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਆਇਆ ਬੰਦਾ। ਇਹ ਤੋਂ ਬਾਈ ਸਿਆਪਾ ਪੈ ਗਿਆ, ਅਬ ਕਿਆ ਕਰੇ। ਰੁਕੋ ਮੈਂ ਉੱਧਰ ਨੂੰ ਜਾ ਕੇ ਦੇਖਦਾ ਕੋਈ ਇੱਕ ਹੋਰ ਅੱਧਾ ਪਿੱਛੋਂ ਰਾਹ ਮਿਲ ਜਾਵੇ। ਵੈਸੇ ਉਮੀਦਾਂ ਤਾਂ ਘੱਟ ਆ ਯਾਰ ਮੈਨੂੰ, ਪਰ ਟਰਾਈ ਕਰਨ 'ਚ ਕੀ ਜਾਂਦਾ, ਇੱਕ ਵਾਰੀ ਦੇਖ ਲੈਂਦੇ ਹਾਂ। ਪਾਣੀ ਜਣਾ ਡਿੱਗ ਖੜੀ, ਅੱਗੇ ਸੋਮਵਾਰ ਦੀ ਸੋਮਵਾਰ ਨਹਾਉਂਦਾ ਬੰਦਾ ਆਪਣਾ, ਅਤੇ ਹੈਨੀ ਬਾਬੇ ਯਾਰ ਰਾਹ ਹੈਨੀ, ਉਹਨੇ ਸਾਰਾ ਪਿੱਲਰ 'ਤੇ ਖੜਾ ਕੀਤਾ ਯਾਰ। ਮੈਂ ਕਹਾਂ ਸਾਰਾ ਗੋਕੁਲ ਧਾਮ ਸਾਰਾ ਹੀ ਉਹਨੇ ਪਿੱਲਰ 'ਤੇ ਖੜਾ ਕੀਤਾ। ਸੋ ਗੱਡੀਆਂ ਦੇਖੋ ਯਾਰ, ਸਰਾ ਗੱਡੀਆਂ। ਹੁਣ ਜਾਈਏ ਕਿੱਧਰ ਨੂੰ ਬਾਬੇ, ਉਹ ਸਿਆਪੇ ਪੈ ਗਏ ਸਿਆਪੇ। ਰੁਕੋ ਆਪਾਂ ਜਿੰਮੀ ਨੂੰ ਫੋਨ ਲਾਉਂਦੇ ਹਾਂ, ਜਿੰਮੀ ਨੂੰ ਕਹਿਣਾ ਕੋਈ ਜੁਗਾੜ ਜਿਹਾ ਲੈ ਗਿਆ ਉੱਡਣ ਵਾਲਾ, ਅਤੇ ਉੱਥੋਂ ਆਪਾਂ ਜਾਵਾਂਗੇ ਉੱਡ ਕੇ। ਹਾਂ ਉੱਡ ਕੇ ਚੱਲਦੇ ਹਾਂ ਬਾਬੇ, ਮੈਂ ਲਾਉਂਦਾ ਇਹ ਆਪਾਂ ਉਹ ਜਿੰਮੀ ਦੂਜਾ ਬੰਦਾ ਹੈ ਨਹੀਂ ਯਾਰ, ਜਿੰਮੀ ਨੂੰ ਮਿਲਣਾ। ਚਲੋ ਜਿੰਮੀ ਨੂੰ ਲਾ ਲੈਂਦੇ ਯਾਰ, ਮੈਂ ਸੋਚਿਆ ਜੀ ਬੈਨੀ ਨੂੰ ਵੀ ਲਾ ਲਾਂਗੇ ਪਰ ਬੈਨੀ ਦਾ ਨੰਬਰ ਹੈ ਨਹੀਂ ਆਪਣੇ ਤੋਂ। ਚੱਲ ਜਿੰਮੀ ਨੂੰ ਸਹੀ ਯਾਰ, ਜਿੰਮੀ ਨੂੰ ਚੱਕ ਬਾਈ, ਜਿੰਮੀ ਦੇ ਵੀ ਸਕੂਲ ਬੰਦ ਆ। ਸੋ ਆ ਜਾਂਦਾ ਯਾਰ ਜਿੰਮੀ ਵੀ ਆ ਗਿਆ ਕੰਮ 'ਤੇ। ਚਲੋ ਬਈ ਆਹ ਜਗਾੜਮੈਂਟ ਜਿਹਾ ਲੈ ਕੇ ਆਇਆ ਜਿੰਮੀ ਆਪਣਾ। ਸੋ ਆਪਾਂ ਐਂ ਕਰਨਾ ਯਾਰ, ਇਹਦੇ ਵਿੱਚ ਪੈਰਾਸ਼ੂਟ ਜੇ ਹੈਗੇ ਆ, ਪੈਰਾਸ਼ੂਟ ਨਾਲ ਆਪਾਂ ਇੱਦਾਂ ਕਰਨਾ ਕਿ ਜਹਾਜ਼ ਡਾ ਕੇ ਲੈ ਜਾਣਾ ਵਾ, ਉਸ ਤੋਂ ਬਾਅਦ ਪੈਰਾਸ਼ੂਟ ਨਾਲ ਦੇਖੀ ਜਾਊਗੀ। ਆ ਜਾ ਜਿੰਮੀ ਆ, ਫਟਾਫਟ ਬਹਿ ਜਾ ਯਾਰ, ਜਿੰਮੀ ਵੀ ਪੈਰਾਸ਼ੂਟ ਲੈ ਕੇ ਚੱਲ ਜੂਗਾ ਅਤੇ ਜਹਾਜ਼ ਆਪਣਾ ਖਤਮ, ਜਹਾਜ਼ ਟੁੱਟ ਜਾਣਾ ਆਪਣਾ, ਕਰੈਸ਼ ਹੋ ਜਾਣਾ। ਚਲੋ ਯਾਰ ਇੰਨੇ ਕੁ ਪੈਸੇ ਦੀ ਟੈਨਸ਼ਨ ਕੋਈ ਨਹੀਂ, ਜਿੰਨਾ ਵੱਡਾ ਪੈਸਾ ਮਿਲਣਾ ਨਾ ਆਪਾਂ ਨੂੰ ਉਨਾ ਸਾਰੇ ਵਸੂਲ ਹੋ ਜਾਣੇ। ਚਲ ਜਿੰਮੀ ਤੂੰ ਵੀ ਛਾਲ ਮਾਰ ਦੇ ਅਤੇ ਤੂੰ ਨਿਕਲ ਜਾ ਆਪਣੇ ਰਾਹ ਅਤੇ ਮੈਂ ਇੱਧਰੋਂ ਆਪਣੇ ਰਾਹ ਨਿਕਲ ਜਾਂਦਾ। ਸੋ ਬਾਈ ਪਹੁੰਚ ਜੀਏ ਪਲੀਜ਼ ਯਾਰ, ਬਾਬੇ ਪਹੁੰਚ ਜੀ, ਕਿਉਂਕਿ ਵਾਰ ਵਾਰ ਕਰੈਸ਼ ਕਰਨ ਜੋਗੇ ਪੈਸੇ ਹੈ ਨਹੀਂ ਆਪਣੇ ਤੋਂ। ਜਹਾਜ਼ ਹੋ ਗਿਆ, ਜਿੰਮੀ ਵੀ ਆਪਣਾ ਪੈਰਾਸ਼ੂਟ ਲੈ ਕੇ ਸੜਕੋ ਸੜਕੀ ਪੈ ਗਿਆ ਹੁਣ, ਬਾਬਾ ਪਹੁੰਚ ਜਾਂਗੇ ਪਹੁੰਚ ਜਾਂਗੇ। ਇਹ 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 ਵਾਹ ਕਿਆ ਲੈਂਡਿੰਗ ਆ, ਵਾਹ ਸ਼ੁਕਰ ਆ ਪਿੱਛੇ ਡਿੱਗੇ ਆਪਾਂ, ਨਹੀਂ ਤਾਂ ਪੰਗਾ ਪੈ ਜਾਣਾ ਸੀ ਯਾਰ। ਸੋ ਪੈਰਾਸ਼ੂਟ ਲਾ ਲਿਆ ਆਪਾਂ, ਸਾਈਡ 'ਤੇ ਬਹਿ ਗਏ ਹੋਏ ਹਾਂ, ਇਹਦੇ ਆਲੇ ਦੁਆਲੇ ਬੰਦਾ ਹੈ ਨਹੀਂ। ਰੁਕੋ ਗੰਨ ਕੱਢ ਲੈਂਦੇ ਨੇ, ਗੰਨ ਕੱਢ ਲਈ ਇਹਦੇ, ਮੈਂ ਉਹ ਜਿਹੜੀ ਚੁੰਡੀ ਜੀ ਖੜੀ ਕੀਤੀ ਨਾ ਉੱਥੇ ਮਾਰਨੀ ਗੋਲੀ, ਅਤੇ ਕਿਹੜੀ ਬੰਦੂਕ ਸੀ ਯਾਰ ਸਪਰੈਸਰ ਵਾਲੀ, ਆਹ ਵਾਲੀ ਗੋਲਡ ਪਲੇਟਡ ਗੰਨ ਰੱਖੀ ਫਿਰਦਾ ਕਾਲੀ ਜੱਟ। ਅਤੇ ਚੱਕ ਲਏ ਦੇਖ ਬਾਈ, ਮੈਂ ਕਹਿੰਦਾ ਕੋਈ ਸ਼ੱਕ ਪੈਣ ਵਾਲੀ ਗੱਲ ਨਹੀਂ ਕਿਉਂਕਿ ਯਾਰ ਗੋਲੀ ਦੀ ਆਵਾਜ਼ ਹੀ ਹੈਨੀ ਯਾਰ ਬੰਦੂਕ ਵਾਲੀ। ਦੇਖੋ ਅੱਗੇ ਜਿਹੜਾ ਲੱਗਾ ਨਾ ਪੈਪ ਆ, ਹਿੱਲਣ ਦਿੰਦਾ ਕਿਸੇ ਨੂੰ ਇਹ ਸਰਾ ਬਾਬੇ, ਉਹ ਚੀਜ਼ ਬੋੜੀ ਘੈਂਟ ਆ ਯਾਰ, ਬਿਲਕੁਲ ਆਵਾਜ਼ ਨਹੀਂ ਆਉਂਦੀ। ਲੈ ਬਈ 14 ਗੋਲੀਆਂ ਮੱਲੋ ਮੱਲੀ ਚੱਕਦਾ ਹੋਇਆ ਕਾਲੀ ਜੱਟ ਆਪਣਾ। ਇਹ ਅੱਲੇ ਪੱਟ ਸੇ ਹੈੱਡ ਸ਼ੋਟ। ਸੋ ਅੱਗੇ ਚਲੀਏ ਦੇਖਦੇ ਹਾਂ ਕਿੰਨੇ ਕੁ ਬੰਦਾ ਇੱਧਰ ਵੀ। ਇਹ ਇੱਧਰ ਖੜਾ ਆ ਗੰਜਾ ਖੜਾ, ਗੰਜੇ ਨੂੰ ਦੇਖਣ ਵਾਲਾ ਤਾਂ ਹੈ ਨਹੀਂ ਕੋਈ ਮੇਰੇ ਹਿਸਾਬ ਨਾਲ, ਹੈ ਨਹੀਂ ਕੋਈ ਦੇਖਣ ਵਾਲਾ। ਇਹਨੂੰ ਠੋਕ ਦਈਏ, ਇਹਨੂੰ ਠੋਕ ਦਈਏ, ਇਹ ਚੱਕ। ਚਲੋ ਬਾਈ
ਇੱਧਰੋਂ ਬਾਈ ਆਪਾਂ ਹੁਣ ਕਿਸੇ ਨੂੰ ਮਾਰ ਨਹੀਂ ਸਕਦੇ, ਕਿਉਂਕਿ ਯਾਰ ਜਿਹਨੂੰ ਵੀ ਮਾਰਿਆ ਨਾ ਬੋਡੀ ਲੱਭ ਜਾਣੀ ਉਹਦੀ। ਜੇ ਬੋਡੀ ਸਪੈਕਟਿਡ ਹੋ ਗਈ ਤਾਂ ਆਪਣਾ ਖੇਲ ਖਤਮ, ਅਲਾਰਮ ਵੱਜ ਜਾਣੇ ਆ, ਪੁਲਿਸ ਪਿੱਛੇ ਪੈ ਜਾਣੀ ਆ। ਅਤੇ ਮੈਂ ਚਾਹੁੰਦਾ ਪੁਲਿਸ ਨਾ ਪਿੱਛੇ ਪਵੇ, ਟਾਈਮ ਵੇਸਟ ਵਾਲੀ ਗੱਲ ਆ ਯਾਰ। ਜੇ ਪੁਲਿਸ ਪਿੱਛੇ ਪੈ ਗਈ ਤਾਂ ਯਾਰ ਦੌੜਨਾ ਪੈਣਾ, ਭੱਜਣਾ ਪੈਣਾ, ਜੇ ਫੜੇ ਗਏ ਤਾਂ ਗੰਨਾ ਦੇਣੀਆਂ ਪੈਣੀਆਂ, ਪੈਸਾ ਦੇਣਾ ਪੈਣਾ ਵੱਖਰਾ, ਮਿਸ਼ਨ ਫੇਲ ਹੋਣਾ ਵੱਖਰਾ। ਤੁਸੀਂ ਆਪੇ ਜ਼ਿਆਦਾ ਆ ਯਾਰ, ਫੜੇ ਨਾ ਜਾਈਏ ਤਾਂ ਵਧੀਆ ਗੱਲ ਆ। ਬਾਕੀ ਬਾਈ ਇੱਧਰੋਂ ਨਿਕਲਦੇ ਹਾਂ ਆਪਾਂ, ਅਤੇ ਉਹ ਇੱਧਰ ਵੀ ਬੰਦਾ ਇੱਕ ਬਾਬੇ ਕੰਧ ਦੇ ਨਾਲ ਹੀ ਆ, ਭੱਜਦੇ ਜਾਂਦੇ ਇੱਧਰ ਲੁਕਦੇ ਹਾਂ। ਇਹ ਲੋਕੇ ਉਹ ਦੇਖੋ ਦੇਖੋ ਇੱਧਰ ਦੇਖਦਾ ਬਾਈ, ਹੁਣ ਕਾਲੀ ਦੇਖੋ ਕਿੱਦਾਂ ਦੇਖਦਾ ਆਪਣਾ ਬਾਬੇ, ਕਾਲੀ ਐਂਡ ਕਰਾਉਂਦਾ ਯਾਰ, ਸਿਰਾ ਕਰਾਉਂਦਾ ਕਾਲੀ। ਤੋ ਮੈਂ ਕਹਿੰਦਾ ਯਾਰ ਬੰਦਾ ਠੋਕ ਦਈਏ, ਪਤਾ ਕਿਸੇ ਨੂੰ ਨਹੀਂ ਲੱਗਣਾ। ਸਪਰੈਸਰ ਵਾਲੀ ਗੰਨ ਆ, ਬੋੜੀ ਆਪਾਂ ਚੱਕ ਕੇ ਇੱਧਰ ਨੂੰ ਲੈਣੀ ਹੈ ਇਹਦੀ, ਠੋਕ ਦਈਏ ਕਿ ਨਹੀਂ। ਇੱਧਰ ਨੂੰ ਦੇਖਦਾ ਪਿਆ ਸੀ, ਕਿਉਂਕਿ ਮਾੜਾ ਜਿਹਾ ਵੀ ਸ਼ੱਕ ਪੈ ਗਿਆ ਨਾ, ਗੋਲੋ ਗੋਲੀ ਹੋ ਜਾਣੀ ਆ ਇੱਥੋਂ ਕੰਮ, ਅਲਾਰਮ ਵੱਜ ਜਾਣੇ ਜਿਹਦੇ ਤੁਹਾਨੂੰ ਦੱਸਿਆ। ਸੋ ਯਾਰ ਮੈਂ ਕਹਿੰਦਾ ਚੁੱਪ ਚੁਪੀਤੇ ਕੰਮ ਕੱਢ ਦਈਏ, ਅਤੇ ਇੱਧਰ ਨੂੰ ਕਿੰਨੇ ਕੁ ਬੰਦਾ ਇੱਧਰ ਵੀ ਦੇਖ ਲਈਏ। ਆਹ ਦੋ ਬੰਦੇ ਤਾਂ ਹੈਗੇ ਹੀ ਆ, ਇਹ ਵੇਲੇ ਕੰਧਾਂ ਦੇ ਪਿੱਛੇ ਲੁੱਕ ਜਾਣਾ। ਸ਼ੁਕਰ ਕਰੋ ਬਾਈ ਕੈਮਰੇ ਨਹੀਂ ਲੱਗੇ, ਇੱਥੇ ਕੈਮਰਾ ਲੱਗਾ ਹੁੰਦਾ ਤਾਂ ਬਾਈ ਸਿਆਪੇ ਵੱਖਰੇ ਪੈਣੇ ਸੀ। ਅਤੇ ਇੱਧਰ ਨੂੰ ਵੀ ਹੈਗੇ ਯਾਰ ਬੰਦੇ, ਇੱਧਰੋਂ ਵੀ ਨਹੀਂ ਜਾ ਸਕਦੇ ਆਪਾਂ। ਅਤੇ ਉਹ ਗੱਡੀਆਂ ਦੇਖੋ, ਗੱਡੀਆਂ ਦੇ ਬਾਈ ਅੱਗ ਲਾਈ ਹੋਈ ਇਹਨੇ। ਬਾਕੀ ਯਾਰ ਜੀਪ ਕਿੱਥੇ ਖੜੀ ਹਜੇ ਤੱਕ ਮੈਨੂੰ ਕੁਛ ਨਹੀਂ ਪਤਾ। ਕਾਲੀ ਪਾਗਲ ਹੋ ਗਿਆ, ਕਦੀ ਅੱਗੇ ਜਾਈ ਜਾਂਦਾ ਯਾਰ। ਉਹ ਦੇਖੋ ਬਾਈ ਉਹ ਨਾਲ ਹੀ ਇੱਧਰ ਦੇਖ ਲੱਗ ਗਿਆ, ਜਦੋਂ ਉਹਨੂੰ ਥੋੜ੍ਹੀ ਜਿਹੀ ਆਵਾਜ਼ ਆਉਂਦੀ ਹੈ। ਹੁਣ ਚੱਕ ਦੇਣਾ, ਹੁਣ ਨਹੀਂ ਛੱਡਦਾ ਕਾਲੀ ਆਏ। ਸੋ ਹੁਣ ਆਪਾਂ ਨੂੰ ਬਾਈ ਉਹਦੀ ਨਾ ਇਹ ਨਹੀਂ ਚੱਕਣਾ, ਇਹ ਨਹੀਂ ਚੱਕਣਾ ਆਪਾਂ, ਕਿਉਂਕਿ ਇਹ ਫੜੇ ਜਾਣਾ ਆਪਾਂ, ਕੰਮ ਖਰਾਬ ਹੋਇਆ ਨਾ। ਹੁਣ ਆਪਾਂ ਨੂੰ ਨਾ ਇਹਦੀ ਬੋਡੀ ਚੱਕ ਕੇ ਲੈ ਕੇ ਆਉਣੀ ਪੈਣੀ, ਉਰੇ ਜੀ ਕਰਨੀ ਪੈਣੀ ਆ, ਤਾਂ ਕਿ ਕਿਸੇ ਨੂੰ ਸ਼ੱਕ ਨਾ ਪਵੇ ਯਾਰ ਬੋਡੀ ਬੂਡੀ ਲੱਭੇ ਨਾ, ਕਿਉਂਕਿ ਹਜੇ ਤਾਂ ਕੋਈ ਦੇਖਣ ਵਾਲਾ ਹੈ ਨਹੀਂ। ਲਓ ਬਾਈ ਬੋਡੀ ਆਪਾਂ ਚੱਕ ਲਈ ਹੋਈ, ਇਹਦੀ ਇੱਧਰ ਨੂੰ ਲੰਮੇ ਪਾਤੇ ਘੜੀਸ ਕੇ ਇਹਨੂੰ, ਇਹਦੀ ਲੱਤ ਫੜੀ ਤਾਂ ਮੈਂ ਇੱਧਰ ਨੂੰ ਘੜੀਸ ਕੇ ਲੈ, ਅਤੇ ਬੋਡੀ ਤਾਂ ਇਹਦੀ ਰੱਖਤੀ ਹੋਈ ਮੈਂ ਇੱਧਰ ਨੂੰ। ਬਾਕੀ ਤਾਂ ਠੀਕ ਆ ਬਾਈ, ਕੈਮ ਆ ਬਾਕੀ ਕੰਮ ਤਾਂ। ਹੁਣ ਉੱਧਰ ਨੂੰ ਜਾ ਕੇ ਦੇਖੀਏ ਕਿੰਨੇ ਕੁ ਬੰਦੇ ਆ। ਇੱਕ ਆਹ ਦੇਖੋ, ਆਹ ਵੀ ਰਾਹ ਹੈਗਾ ਇੱਕ, ਇੱਧਰ ਇਹ ਨਿਕਲਦਾ ਬਾਈ ਡਾਕਟਰ ਹਾਥੀ ਦੇ ਘਰ ਵੱਲ, ਜਿਹੜਾ ਸਾਈਡ ਤੋਂ ਰਾਹ ਨਹੀਂ ਹੁੰਦਾ, ਜਿੱਥੇ ਆ ਸਖਾ ਰਾਮ ਜਿਹਾ ਖੜਾ ਹੁੰਦਾ ਉਹਦਾ ਸਕੂਟਰ ਭਿੜੇ ਦਾ, ਇਹ ਉਹ ਵਾਲਾ ਰਾਹ ਜਿਹੜੇ ਦੇਖਦੇ ਉਹਨਾਂ ਨੇ ਤਾਂ ਬਾਈ ਮਿੰਟੋ ਮਿੰਟ ਸਮਝ ਜਾਣਾ, ਜਿਹੜੇ ਨਹੀਂ ਦੇਖਦੇ ਤਾਂ ਉਹ ਸਮਝ ਜੂਗੇ ਵੀਡੀਓ ਦੇਖ ਕੇ। ਸੋ ਵੀਡੀਓ ਦੇਖਿਓ ਬਾਈ ਐਂਡ ਤੱਕ, ਦੇਖਦੇ ਹਾਂ ਕੀ ਬਣਦਾ। ਇੱਧਰ ਦੋ ਬੰਦੇ ਖੜ੍ਹੇ ਆ, ਦੋ ਇੱਕ ਖੜ੍ਹਾ ਉੱਧਰ, ਇੱਕ ਖੜ੍ਹਾ ਕਲੱਬ ਹਾਊਸ ਦੇ ਉੱਤੇ। ਸੋ ਮੂਵਮੈਂਟ ਕਰੂਗੇ ਯਾਰ ਬੰਦੇ, ਮੂਵਮੈਂਟ ਕਰਦੇ ਨਹੀਂ ਪਏ। ਉਹ ਦੇਖੋ ਇੱਕ ਬੰਦਾ ਉੱਥੋਂ ਗੈਪ ਹੋਇਆ, ਮੂਵਮੈਂਟ ਕਰਦੇ ਪਏ ਬੰਦੇ ਮਤਲਬ। ਸੋ ਮੈਨੂੰ ਬੋਡੀ ਦਾ ਥੋੜ੍ਹਾ ਖਿਆਲ ਰੱਖਣਾ ਪੈਣਾ। ਆਹ ਵਾਲਾ ਚੱਕਦੇ ਆ ਬੰਦਾ, ਆ ਕਲੱਬ ਹਾਊਸ ਵਾਲਾ ਬੰਦਾ ਚੱਕਤਾ ਆਪਾਂ। ਸੋ ਕਲੱਬ ਹਾਊਸ ਵਾਲੇ ਬੰਦੇ ਨੂੰ ਬਾਈ ਕੋਈ ਦੇਖ ਨਹੀਂ ਸਕਦਾ, ਇਸ ਕਰਕੇ ਕਲੱਬ ਹਾਊਸ ਵਾਲਾ ਬੰਦਾ ਪਹਾੜਾ ਤਾ। ਅਤੇ ਬਾਕੀ ਰਹਿ ਗਿਆ ਆਪਣਾ ਕੰਮ, ਉਰੇ ਖੜੀ ਸੀ ਜੀਪ, ਉਰਾਂ ਖੜੀ ਸੀ ਆਪਣੀ ਜੀਪ ਇੱਧਰ ਨੂੰ। ਓਏ ਆਹ ਦੇਖੋ ਬਾਈ, ਆਹ ਦੋ ਬੰਦਿਆਂ ਦੇ ਕੋਲ ਨਾ ਨਾਲ ਹੀ ਆਪਣੀ ਜੀਪ ਖੜੀ ਮੈਂ ਦੇਖੀ। ਸੋ ਤੁਹਾਨੂੰ ਦਿਖਾਉਂਦੇ, ਆਹ ਦੇਖੋ ਬਾਈ ਬੰਪਰ ਲੱਭਦਾ ਨਾ ਜੀਪ ਦਾ, ਸੋਡੀ ਦੀ ਜੀਪ ਬਾਈ ਇੱਥੇ ਖੜੀ ਹੋਈ ਆ। ਅਤੇ ਹੁਣ ਮੈਂ ਇੱਧਰ ਨੂੰ ਭੱਜਿਆ ਜਾ ਰਿਹਾ, ਕਿਉਂਕਿ ਯਾਰ ਦੋ ਬੰਦਿਆਂ ਨੇ ਹੋਰ ਮੂਵਮੈਂਟ ਕੀਤੀ ਆ, ਅਤੇ ਮੈਂ ਮੂਵਮੈਂਟ ਨਾ ਹੀ ਡਾ ਦੇਣੇ। ਆ ਦੇਖੋ ਆ ਬੰਦਾ ਹੈ ਨਹੀਂ ਸੀ ਇੱਥੇ, ਇੱਥੋਂ ਪਤਾ ਨਹੀਂ ਕਿੱਦਾਂ ਆ ਗਿਆ। ਸੋ ਆਪਾਂ ਛੱਡਣਾ ਨਹੀਂ, ਓਏ ਭਰਾਵਾ ਉਹਨਾਂ ਨੇ ਤੈਨੂੰ ਨਹੀਂ ਛੱਡਣਾ, ਜਿੰਨੇ ਉਹ ਬੰਦੇ ਹੈਗੇ। ਕਾਲੀ ਦਾ ਦਿਮਾਗ ਪਾਗਲ ਹੋਇਆ ਪਿਆ ਵਾ। ਸੋ ਮੈਂ ਆ ਗਿਆ ਹੁਣ ਗੱਡੀਆਂ ਵਾਲੇ ਪਾਸੇ, ਕਿਉਂਕਿ ਅਗਲੇ ਦੋ ਫਰੰਟ ਵਾਲੇ ਬੰਦਿਆਂ ਨੇ ਵੀ ਮੂਵਮੈਂਟ ਕਰ ਲਈ ਹੋਈ ਹੈ। ਆਹ ਬੰਦਾ ਗੱਡੀਆਂ ਚੈੱਕ ਕਰ ਰਿਹਾ ਕਿ ਗੱਡੀਆਂ ਨੂੰ ਤਾਂ ਨਹੀਂ ਕੁਛ ਹੋਇਆ, ਲੇਕਿਨ ਹੁਣ ਆ ਤਾਂ ਤੈਨੂੰ ਆ ਗੱਡੀ। ਸੋ ਇੱਧਰੋਂ ਵੀ ਬਾਈ ਆਪਣਾ ਕੰਮ ਹੋ ਗਿਆ ਸੈੱਟ, ਫਰੰਟ ਵਾਲਾ ਰਾਹ ਹੋ ਗਿਆ ਹੋਇਆ ਖਾਲੀ ਆਪਣਾ, ਹੁਣ ਰਹਿ ਗਿਆ ਮਿਡਲ ਹਿੱਸਾ, ਕਿਉਂਕਿ ਸਾਈਡਾਂ ਦਾ ਸਾਰਾ ਕੰਮ ਖਤਮ ਕਰਤਾ ਹੋਇਆ ਆਪਾਂ। ਅਤੇ ਲਓ ਬਾਈ ਜਿਹਦਾ ਡਰ ਸੀ ਉਹੀ ਹੋ ਗਿਆ, ਦੋ ਤਾਰਿਆਂ ਦੀ ਪੁਲਿਸ ਆਪਾਂ ਨੂੰ ਪੈ ਚੁੱਕੀ ਹੋਈ, ਪਤਾ ਨਹੀਂ ਕਿੱਦਾਂ। ਮੇਰੇ ਹਿਸਾਬ ਨਾਲ ਉਹ ਬੰਦੇ ਨੇ ਨਾ ਮਰਦੇ ਮਰਦੇ ਨੇ ਗੋਲੀ ਨਾਪਤੀ ਸੀ, ਤਾਂ ਹੀ ਕਾਂ ਭੌਂਕੇ ਸੀ। ਸੋ ਆਪਾਂ ਹੁਣ ਇਹਨਾਂ ਨੂੰ ਚੱਕ ਦਈਏ ਫਟਾਫਟ, ਇਹਦੇ ਵੀ ਅੱਗੇ ਸਪਰੈਸਰ ਲੱਗਾ ਬਾਈ, ਅਤੇ ਮੈਨੂੰ ਲੱਗਦਾ ਇਹ ਗੂੰਗੇ ਖੜ੍ਹੇ ਆ, ਬੋਲਦੇ ਕਿਉਂ ਨਹੀਂ ਪਏ ਯਾਰ। ਰੁਕੋ ਉਹਦਾ ਤਾਂ ਮੂੰਹ ਉੱਧਰ ਨੂੰ ਆ, ਇਹਨੂੰ ਤਾਂ ਕੁਛ ਪਤਾ ਲੱਗਣਾ ਚਾਹੀਦਾ ਸੀ, ਇਹਦਾ ਤਾਂ ਬਾਈ ਮੂੰਹ ਹੀ ਉੱਧਰ ਨੂੰ ਕਰਤਾ। ਸੋ ਆਹ ਖੜੀ ਬਾਈ ਜੀਪ, ਚਾਰ ਹੋਰਨ ਲੱਗੇ ਬੱਲਾ ਬੱਲਾ ਬੱਲਾ। ਬਾਈ ਇਹ ਥੋੜ੍ਹੀ ਮੋਡੀਫਾਈਡ ਜੀਪ ਆ ਯਾਰ, ਇਹ ਡਿਟੋ ਸੋਡੀ ਦੀ ਜੀਪ ਨਹੀਂ ਹੈਗੀ। ਸੋ ਇੱਧਰੋਂ ਤਾਂ ਬਾਈ ਆਪਾਂ ਕਲੀਨ ਕਰਤਾ ਸੀ ਰਾਹ, ਅਤੇ ਲਓ ਬਾਈ ਬਾਹਰ ਪਹੁੰਚ ਚੁੱਕੇ, ਅਤੇ ਤਿੰਨ ਤਾਰਿਆਂ ਦੀ ਪੁਲਿਸ। ਸੋਚ ਸਕਦੇ ਯਾਰ, ਮੈਂ ਸੋਚਿਆ ਵੀ ਨਹੀਂ ਸੀ, ਮੈਂ ਸੋਚਿਆ ਸੀ ਇੱਕ ਦੋ ਤਾਰੇ ਹੋ ਜੂਗੇ,
ਲੇਕਿਨ 3 ਤਾਰੇ ਦੀ ਪੁਲਿਸ ਪੈ ਚੁੱਕੀ ਯਾਰ ਆਪਾਂ ਨੂੰ। ਉਹ ਤੁਹਾਡੀ ਉਹ ਪਿੱਲਰ ਕਿੱਦਾਂ ਗੈਪ ਹੁੰਦੇ ਪਏ ਯਾਰ? ਇਹ ਗਲਿਚ ਆ ਬਈ ਗੇਮ ਦਾ। ਉਹ ਤੁਹਾਡੀ ਨੂੰ ਪਿੱਲਰ ਦੇ ਵਿੱਚੋਂ ਨਿਕਲਾ ਹੀ ਜੀ, ਬੱਲਾ ਬੱਲਾ। ਇਹ ਤਾਂ ਬਈ ਮੈਂ ਮਜ਼ਾਕ ਵਾਲੀ ਗੱਲ ਹੋ ਗਈ ਨਾ। ਸੋ 3 ਤਾਰੇ ਦੀ ਪੁਲਿਸ ਆ ਬਈ, ਬਲੈਂਕ ਕਰਨ ਲੱਗ ਗਈ, ਆਪਾਂ ਨੂੰ ਹਟਣ ਲੱਗ ਗਈ। ਮਤਲਬ ਹੁਣ ਬਸ ਹੈਲੀਕਾਪਟਰ ਨਾ ਆਵੇ, ਕਿਉਂਕਿ ਆਪਾਂ ਨੂੰ ਹੈਲੀਕਾਪਟਰ ਹੀ ਲੱਭ। ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ, ਕਿਉਂਕਿ ਜਿੰਨੇ ਸਕਰੈਚ ਪਾਵਾਂਗੇ ਨਾ ਆਪਾਂ ਗੱਡੀ 'ਤੇ, ਉਨੀ ਰਿਪੇਅਰ ਕਰਾਉਣੀ ਪੈਣੀ ਜੀ। ਰਿਪੇਅਰ ਕਰਾਉਣੀ ਪਈ, ਪੈਰ ਨੈਣੋ ਵੱਜੀ ਆਪਣੀ ਜੀਪ 'ਤੇ ਯਾਰ, ਨੈਣੋ ਵੱਜ ਗਈ ਜੀਪ 'ਤੇ। ਜੀਪ ਉੱਧਰੋਂ ਗੱਡੀ ਆ ਰਹੀ, ਨਿਕਲ 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 ਕਾਲੀ ਇੱਥੋਂ ਫਟਾਫਟ। ਲਓ ਬਾਈ, ਹੈਲੀਕਾਪਟਰ ਨੇ ਆਪਾਂ ਨੂੰ ਦੇਖ ਲਿਆ, ਪੁਲਿਸ ਆਪਾਂ ਨੂੰ ਫਿਰ 3 ਤਾਰੇ 'ਚ ਪੈ ਗਈ ਹੋਈ ਆ, ਅਤੇ ਹੁਣ ਦੇਖਦੇ ਹਾਂ ਕੀ ਬਣਦਾ ਵਾ। ਮੈਂ ਤਾਂ ਹਜੇ ਤੱਕ ਬਾਈ ਆਹੀ ਸੋਚ ਰਿਹਾ। ਉਹ ਦੇਖੋ ਬਾਈ, ਜੀਪਾਂ ਜੁੱਪਾਂ ਲਾਈਆਂ ਹੋਈਆਂ। ਛੱਡਣਾ ਨਹੀਂ ਉਹਨਾਂ ਨੇ ਬਾਈ, ਪੂਰਾ ਦਮ ਲਾਇਆ। ਅਤੇ ਸਲੈਂਸਰ ਦੇਖੋ ਜੀਪ ਦੇ ਕਿੱਥੇ ਲੱਗੇ ਹੋਏ, ਉਹ ਸਲੈਂਸਰ ਬਾਈ ਉੱਥੇ ਲੱਗੇ ਹੋਏ ਆਪਣੀ ਜੀਪ ਦੇ। ਜੀਪ ਦਾ ਬਾਬੂ ਸਿਰਾ ਯਾਰ, ਮੈਨੂੰ ਵੀ ਸੋਹਣੀ ਲੱਗੀ, ਕਿਉਂਕਿ ਉਹਦੇ ਟਾਇਰ ਆ ਨਾ ਜਿਹੜੇ ਟਰੈਕਟਰ ਜਿਹੇ ਵਰਗੇ ਲੱਗਦੇ ਨਾ, ਵਧੀਆ ਯਾਰ ਜੀਪ, ਸੋਹਣੀ ਹੈ। ਬਾਕੀ ਰੰਗ ਉਹਨੇ ਕਰਾਉਣਾ ਸੀ, ਮੋਡੀਫਾਈ ਮੋਡੀਫਾਈ ਕਰਾਊਗੇ ਉਹ ਤਾਂ ਉਹਨਾਂ ਦੀ ਮਰਜ਼ੀ, ਆਪਣਾ ਕੰਮ ਸੀ ਬਾਈ ਉਹਨਾਂ ਨੂੰ ਜੀਪ ਦਵਾਉਣਾ। ਸੋ ਆਪਾਂ ਹਜੇ ਤੱਕ ਤਾਂ ਸਕਸੈਸ ਨਹੀਂ ਹੋ ਪਾਏ, ਕਿਉਂਕਿ ਪੁਲਿਸ ਆਪਾਂ ਨੂੰ ਪੈ ਚੁੱਕੀ ਹੋਈ। ਮੈਂ ਸੋਚਦਾ ਨਹੀਂ, ਮੈਂ ਸੋਚਿਆ ਕਿ ਪੁਲਿਸ ਨਹੀਂ ਪਊਗੀ, ਸਾਇਲੈਂਟ 'ਚ ਹੀ ਕੰਮ ਚੱਕ ਦੇਣਾ, ਪਰ ਨਹੀਂ ਯਾਰ, ਨਹੀਂ ਚੱਕ ਹੋਇਆ। ਪਰ ਖੈਰ ਹੁਣ ਪੂਰੀ ਕੋਸ਼ਿਸ਼ ਕਰਾਂਗੇ ਪੁਲਿਸ ਹਟਾਉਣ ਦੀ। ਯਾਰ ਕੀ ਰਾਹ 'ਚ ਗੱਡੀਆਂ ਲਾਈਆਂ, ਉਹ ਮੂਹਰੋਂ ਚੱਕੀ ਗਈ ਜੀਪ ਆਪਣੀ ਪੂਰੀ। ਮੈਨੂੰ ਡਰ ਆ ਬਾਈ ਪਲਟਣ ਨਾ ਜਾਵੇ, ਜਿੱਦਾਂ ਇਹ ਚੱਕੀ ਜਾ ਰਹੀ ਹੈ ਨਾ, ਇਹਦੇ ਪਲਟਣ ਦਾ ਖਤਰਾ ਜ਼ਿਆਦਾ। ਰੁਕੋ, ਇਹਦੇ ਟਾਇਰ 'ਚ ਗੋਲੀ ਚਲਾ ਕੇ ਮੈਂ ਪੈਂਚਰ ਕਰ ਦਿੰਦੀ। ਲਓ ਬਾਈ, ਹੋ ਗਈ ਪੈਂਚਰ ਮੇਰੀ, ਆ ਕੇ ਮਿਰਚੀ ਬੱਜੀ। ਕਿਸਮਤ ਹੀ ਮਾੜੀ ਹੋਈ ਪਈ ਅੱਜ ਬਾਈ, ਆਹ ਪਲਾ ਦੀ ਖਤਿਆਲ ਨੂੰ ਅੱਜ ਆਫ ਰੋਡਿੰਗ ਕਰਦੇ ਹਾਂ, ਦੇਖਦੇ ਹਾਂ। ਕਿਉਂਕਿ ਉਹਨਾਂ ਦੀ ਗੱਡੀ ਦੀ ਆਫ ਰੋਡਿੰਗ ਹੋਣੀ ਨਹੀਂ, ਜਿਹੜੀ ਉਹਨਾਂ ਦੀ ਗੱਡੀ ਹੁੰਦੀ ਨਾ ਉਹਨਾਂ ਦੀ ਆਫ ਰੋਡਿੰਗ ਨਹੀਂ ਹੁੰਦੀ। ਚਾਰ ਪੰਜ ਤਾਰੇ ਦੀ ਪੁਲਿਸ ਪਈ ਹੋਵੇ ਨਾ ਉਦੋਂ ਆਉਂਦੀਆਂ, ਉਹਨਾਂ ਦੀ 3-3 ਤੁਰੀਆਂ ਫਿਰਦੀਆਂ। ਇੰਨਾ ਵੱਡਾ ਹੱਥ ਕਿੱਥੋਂ ਮਾਰਤਾ ਯਾਰ ਮੈਂ? ਹੁਣ ਆਪਾਂ ਨੂੰ ਬਾਈ ਇੱਥੋਂ ਨਿਕਲਣਾ ਪੈਣਾ ਫਟਾਫਟ। ਦੇਖੋ ਅੱਗੇ ਇੱਕ ਹੋਰ ਜੀਪ ਯਾਰ, ਇਹ ਜੀਪ ਵੀ ਬਾਈ ਆਫ ਰੋਡਿੰਗ ਵਧੀਆ ਕਰ ਲੈਂਦੀ ਹੈ। ਹੁਣ ਆਪਾਂ ਤੁਹਾਨੂੰ ਨਿਕਲੀਏ ਫਟਾਫਟ। ਲਓ ਬਾਈ, ਤਾਰੇ ਬਲੈਂਕ ਕਰਨ ਲੱਗ ਗਏ, ਤੁਹਾਨੂੰ ਨਿਕਲਾਂ ਕਿੱਦਾਂ ਯਾਰ ਮੈਂ? ਅੱਗੇ ਪਾਣੀ ਬਾਬੇ, ਜੀਪ ਨਿਕਲ ਜਾਵੇ ਬਸ ਪਾਣੀ ਆਪਣੇ 'ਚੋਂ। ਰੁਕੀ ਨਾ, ਖਿੱਚ ਗਈ ਬਾਬੇ ਜੀਪ, ਖਿੱਚ ਗਈ ਪਾਣੀ 'ਚੋਂ। ਉਹ ਨਹੀਂ, ਇੱਥੋਂ ਨਹੀਂ ਖਿੱਚ ਪਾਉਣਾ, ਇੱਥੋਂ ਨਹੀਂ ਖਿੱਚ ਪਾਉਣਾ ਉਹਨੇ, ਇੰਨਾ ਵਿਸ਼ਵਾਸ ਹੈਗਾ ਮੈਨੂੰ, ਇੱਥੋਂ ਨਹੀਂ ਖਿੱਚ ਪਾਉਣਾ ਸੀ। ਸੋ ਆਪਾਂ ਇੱਥੋਂ ਕਿੱਧਰੋਂ ਨਿਕਲੀਏ ਯਾਰ? ਉੱਧਰ ਚੱਲਦੇ ਹਾਂ, ਉੱਧਰ ਪੁੱਲ ਵੱਲ ਚੱਲਦੇ ਹਾਂ। ਹੈਲੀਕਾਪਟਰ ਤਾਂ ਨਹੀਂ ਆਇਆ ਹਜੇ ਤਾਂ ਨਹੀਂ ਆਇਆ, ਹੈਲੀਕਾਪਟਰ ਆ ਗਿਆ, ਪੁਲ ਥੱਲੇ ਲੁਕੀਏ, ਪੁਲ ਥੱਲੇ ਲੁਕ ਜਾਂਦੇ ਹਾਂ ਬਾਈ। ਹੈਲੀਕਾਪਟਰ ਆ ਗਿਆ ਹੋਇਆ, ਬਸ ਹੈਲੀਕਾਪਟਰ ਦੇਖ ਨਾ ਪਾਵੇ ਆਪਾਂ ਨੂੰ, ਪੁਲਿਸ ਆਪਣੀ ਇੱਥੇ ਖੜ੍ਹੇ ਖੜ੍ਹੇ ਦੀ ਹਟ ਜਾਣੀ। ਨਾ ਦੇਖਿਓ ਨਾ ਦੇਖਿਓ ਯਾਰ, ਮੈਂ ਹੋਰ ਬਾਈ ਦੌੜਨਾ ਨਹੀਂ ਚਾਹੁੰਦਾ, ਕਿਉਂਕਿ ਜੀਪ 'ਚ ਪੈਟਰੋਲ ਵੀ ਘੱਟ ਆ ਯਾਰ, ਫੜੇ ਜਾਣ ਦਾ ਖਤਰਾ ਵੱਧ ਜਾਣਾ। ਹਟ ਜਾ, ਹਟਦੀ ਨਹੀਂ ਤੂੰ, ਹਟ ਜਾ, ਤੈਨੂੰ ਦੱਸਾਂ ਮੈਂ। ਲਓ ਬਾਈ, ਫਾਈਨਲੀ ਜੀਪ ਆਪਣੀ ਹੋ ਚੁੱਕੀ, ਪੁਲਿਸ ਆਪਣੇ ਹਟ ਚੁੱਕੀ, ਅਤੇ ਗੋਲੀਆਂ ਤਾਂ ਨਹੀਂ ਚੱਲ ਰਹੀਆਂ, ਅਤੇ ਪੁਲਿਸ ਹਟਣ ਦੀ ਖੁਸ਼ੀ ਚੱਲ ਰਹੀ ਹੈ, ਗੋਲੀਆਂ ਪਤਾ ਨਹੀਂ ਬਾਈ ਜਿੱਦਾਂ ਵੀ ਆ, ਉਹ ਤੁਹਾਡੀ ਨੂੰ ਓਏ ਪਲਟਾਣ ਹੈ ਦਈ। ਸੋ ਬਾਈ, ਪੁਲਿਸ ਆਪਣੀ ਹਟ ਚੁੱਕੀ ਫਾਈਨਲੀ, ਅਤੇ ਗੱਡੀ ਨੂੰ ਆਪਾਂ ਲੈ ਕੇ ਜਾਣਾ ਸ਼ਹਿਰ, ਅਤੇ ਇਹਨੂੰ ਥੋੜ੍ਹੀ ਮੋਟੀ ਟਿਚ ਪਿਚ ਕਰਾਵਾਂਗੇ ਇਹਦਾ, ਬਾਕੀ ਬਾਈ ਕੰਮ ਡਨ ਆ। ਸੋ ਬਾਈ, ਅੱਜ ਦੀ ਵੀਡੀਓ ਬਸ ਇੰਨਾ ਹੀ, ਅਤੇ ਕਿੰਨੀ ਵਧੀਆ ਤਰੀਕੇ ਨਾਲ ਬਾਈ ਆਪਾਂ ਗੱਡੀ ਚੱਕੀ ਯਾਰ, ਅਤੇ ਮਿਲਦੇ ਹਾਂ ਬਾਈ ਅਗਲੀ ਵੀਡੀਓ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ।